ਅੰਮ੍ਰਿਤਸਰ ਦੇ ਸਿਟੀ ਸੈਂਟਰ 'ਚ ਸ਼ਾਹ ਟਰਾਂਸਪੋਰਟਸ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਅਸ਼ੋਕ ਲੇਲੈਂਡ ਕੰਪਨੀ ਦੇ ਖਿਲਾਫ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਉਹਨਾਂ ਨੇ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਅਸ਼ੋਕ ਲੇਲੈਂਡ ਕੰਪਨੀ ਦੇ 10 ਟਰੱਕ ਖਰੀਦੇ ਗਏ ਸਨ, ਜਿਨ੍ਹਾਂ 'ਚ ਤਕਨੀਕੀ ਖਰਾਬੀ ਆਉਣ ਤੋਂ ਬਾਅਦ ਉਹਨਾਂ ਨੂੰ ਠੀਕ ਨਹੀਂ ਕੀਤਾ ਜਾ ਰਿਹਾ ਹੈ, ਜਿਸ ਦੇ ਚੱਲਦੇ ਉਹਨਾਂ ਨੂੰ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਕੰਪਨੀ ਵੱਲੋਂ ਉਹਨਾਂ ਦੀ ਮੰਗ ਨਾ ਮੰਨੀ ਗਈ ਤਾਂ ਉਹ ਪੰਜਾਬ ਪੱਧਰ ਤੇ ਕੰਪਨੀ ਖਿਲਾਫ ਪ੍ਰਦਰਸ਼ਨ ਕਰਨਗੇ। ਇੱਕ ਚੈਸੀ ਇਹਨਾਂ ਕੋਲੋਂ ਲਈ ਸੀ, ਹਲੇ ਬਾਡੀ ਲਾ ਕੇ ਅਸ਼ੋਕ ਲੇਲੈਂਡ ਗਲੋਬ ਤੋਂ ਲਈ ਸੀ, ਬਾਡੀ ਲਾ ਕੇ ਇਹਨਾਂ ਦੀ ਏਜੰਸੀ ਦੇ ਵਿੱਚ ਅਸੀਂ ਲੈ ਕੇ ਆਏ ਹਾਂ। ਇਹਨਾਂ ਨੂੰ ਕਿਹਾ ਵੀ ਜੇ ਇਹਦੇ 'ਚ ਕੋਈ ਟਾਇਰਾਂ 'ਚ ਪ੍ਰੋਬਲਮ ਹੈ ਅਲਾਈਨਮੈਂਟ ਆਪਣੀ ਚੈੱਕ ਕਰ ਲਓ, ਇਹਦੀ ਜਿਹੜੀ PDI ਹੈ ਉਹਨੂੰ ਓਕੇ ਕਰ ਦਿਓ। ਇਹਨਾਂ ਨੇ ਸਾਨੂੰ ਉਸ ਵੇਲੇ ਇਗਨੋਰ ਕਰਤਾ, ਸਾਨੂੰ ਕਹਿੰਦੇ ਜੀ ਇਹਦੀ 40,000 'ਤੇ ਗ੍ਰੀਸਿੰਗ ਹੁੰਦੀ ਹੈ, ਉਦੋਂ ਹੀ ਕਰਾਂਗੇ। ਗੱਡੀ ਅਸੀਂ ਇੱਥੋਂ ਚੌਲ ਲਦਾ ਕੇ ਕਾਂਡਲੇ ਨੂੰ ਭੇਜੀ ਹੈ ਅਤੇ ਕਾਂਡਲੇ ਜਾਂਦੇ ਹਜੇ ਇੱਥੋਂ ਗੱਡੀ ਨਿਕਲੀ ਹੈ ਜੰਡਿਆਲਾ ਰੋਡ ਤੋਂ ਤਰਨ ਤਾਰਨ ਬਾਈਪਾਸ 'ਤੇ, ਰਾਤ 12 ਵਜੇ ਗੱਡੀ ਦਾ ਕਲੱਚ ਕੰਮ ਛੱਡ ਗਿਆ। ਲੇਲੈਂਡ ਕੰਪਨੀ ਤੋਂ 6 ਗੱਡੀਆਂ ਲਈਆਂ ਗਰੁੱਪ ਬਣਾ ਕੇ, 8 ਗੱਡੀਆਂ ਲੈਣੀਆਂ ਸੀ, 2 ਗੱਡੀਆਂ ਜੇ ਬੈਲੈਂਸ ਰਹਿ ਗਈਆਂ ਲੈਣ ਵਾਲੀਆਂ ਇਹਨਾਂ ਕੋਲੋਂ, ਹਾਂਜੀ ਇਹਨਾਂ ਕੋਲ ਗੱਡੀਆਂ ਲਈਆਂ ਕਰੀਬ ਕਰੀਬ 29 ਲੱਖ ਦੇ ਕਰੀਬ ਕਰੀਬ ਇੱਕ ਗੱਡੀ। ਇੱਕ ਗੱਡੀ ਅੰਮ੍ਰਿਤਸਰ ਤੋਂ ਸਨੀ ਸਹੋਤਾ ਦੀ ਰਿਪੋਰਟ, ਚੈਨਲ 2।